Ja, man fahren da per Karte. ਅਸਲਾਮ ਵਾਲੇਕਮ ਜੀ, ਉਮੀਦ ਕਰਨੇ ਹਾਂ ਤੁਸੀਂ ਸਾਰੇ ਠੀਕ ਠਾਕ। ਸੋ ਇਟ ਪਾਰਟ ਆਫ ਅੱਜ ਦਾ ਵਲੋਗ ਆਪਾਂ ਸ਼ੁਰੂ ਕਰਨੇ ਹਾਂ। ਅਗਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਸਬਸਕ੍ਰਾਈਬ ਕਰ ਲਓ ਅਤੇ ਵਲੋਗ ਨੂੰ ਲਾਈਕ ਕਰ ਦਿਓ। ਅਸੀਂ ਜਨਾਬ ਅੱਜ ਪਾ ਰਹੇ ਹਾਂ ਤਾਈਆਂ ਦੀ ਫਸਲ ਨੂੰ ਖਾਦ, ਯੂਰੀਆ ਸ਼ੁਰੂ ਕੀਤੀ ਹੈ। ਯੂਰੀਆ 'ਚ ਪੈਸਾ ਬੜੀਆਂ ਕਿਸਮਾਂ ਆ ਗਈਆਂ ਜੀ। ਆਹ ਤਾਂ ਹੈਗੀ ਬਰੀਕ, ਠੀਕ ਹੈ, ਇੱਕ ਮੋਟੇ ਦਾਣੇ ਵਾਲੀ ਯੂਰੀਆ ਵੀ ਆ ਗਈ ਹੋਈ ਹੈ। ਯੂਰੀਆ ਖਾਦ ਸਾਨੂੰ 4750 ਰੁਪਏ ਦੀ ਜਿਹੜੀ ਹੈ ਮਿਲੀ ਹੈ। 50 ਰੁਪਏ ਕਿਰਾਇਆ, ਮਤਲਬ ਕਿ 4800 ਰੁਪਏ ਦੀ ਸਾਨੂੰ ਇੱਥੇ ਪਹੁੰਚ ਪੈ ਗਈ, ਠੀਕ ਹੈ। ਅਤੇ ਇੱਕ ਇੱਕ ਬੋਰੀ ਯੂਰੀਆ ਛਪਾਉਂਦੇ ਪੈਣ ਨਾਲ ਇੱਕ ਇੱਕ ਥੈਲੀ ਦਾਣੇਦਾਰ ਹੈ ਅਤੇ ਨਾਲ ਉਹ ਮੇਂਗਣਾ ਜਾਂ ਜਿਹੜੇ ਡੰਗੂ ਖਾਈਆਂ ਉਹ ਅੱਲਾ ਕੀਤਾ ਚਾਰ ਚਾਰ ਪੰਜ ਪੰਜ ਪੱਤੇ ਜਿਹੜੇ ਨਾਲ ਲਾਈ ਖੜਾ। ਅੱਜ ਜਿਹੜਾ ਸਾਰੇ ਤਾਈਆਂ ਨੂੰ ਖਾਦ ਪੈਣੀ ਹੈ, ਠੀਕ ਹੈ। ਉੱਧਰ ਖਾਦ ਪੈ ਰਹੀ, ਉੱਧਰ ਟੁੰਡ ਚੱਲ ਕੇ ਦਿਖਾਉਂਦੇ ਹਾਂ। ਉੱਧਰ ਵੀ ਅਸੀਂ ਯੂਰੀਆ ਅਤੇ ਨਾਲ ਹੀ ਥੈਲੀਆਂ ਜਿਹੜੀਆਂ ਰਲਾ ਕੇ ਪਾ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਇੱਕ ਵਾਰ ਛੇਬਲ ਜਿਹੜਾ ਉਹ ਨਾ ਬਣੇ, ਠੀਕ ਹੈ। ਕਹਿੰਦੇ ਛੇਬਲ ਬਣ ਜਾਵੇ ਅਤੇ ਫਿਰ ਫੋਰਸ ਜਿਹੜੀ ਉਹ ਰੁਕ ਜਾਂਦੀ ਇੱਕ ਵਾਰੀ। ਅੱਜ ਨਹਿਰ ਜਿਹੜੀ ਉਹ ਅੱਗੇ ਗਈ ਹੋਈ ਹੈ, ਅਗਲਾ ਜਿਹੜਾ ਰਕਬਾ ਆਉਂਦਾ ਉਹਨਾਂ ਨੂੰ ਪਾਣੀ ਛਾਣੀ ਦੀਵਾਰੀਆਂ ਸ਼ੁਰੂ ਨੇ। ਚੰਗੀ ਤੁਨਵੀ ਮਾਸ਼ਾਅੱਲਾ ਨਹਿਰ ਜਿਹੜੀ ਉਹ ਆ ਰਹੀ ਹੈ। ਲਓ ਜੀ ਆ ਗਿਆ ਹਾਈਬ੍ਰਿਡ ਤਾਈ ਹੈਲੀ, ਅਗਲੇ ਦਿਨ ਲਾਏ ਨਾ ਅਤੇ ਇਹਨਾਂ ਨੂੰ ਅਸੀਂ DAP ਜਿਹੜੀ ਹੈ ਉਹ ਨਹੀਂ ਪਾਈ, ਅਸੀਂ ਖੁਦ ਹੀ ਨਹੀਂ ਪਾਈ, ਠੀਕ ਹੈ। ਕਿਉਂਕਿ ਇਹ ਛਿੱਬਲ ਬਣ ਜਾਵੇ ਤਾਂ ਇਹ ਫਿਰ ਨਾ ਫੋਟ ਨਹੀਂ ਕਰਦੇ ਛੇਤੀ। ਯੂਰੀਆ ਅਤੇ ਨਾਲ ਉਹ ਦਵਾਈ ਜਿਹੜੀ ਹੈ ਅਸੀਂ ਇਹਨਾਂ ਨੂੰ ਪਾਣੀ ਪੈ ਉਹ ਬੈਠੇ ਜਨਾਬ ਇਹਨਾਂ ਨੂੰ ਜਦ ਟੱਕਰਨੇ ਆ ਕੀ ਆਉਣਾ ਕੀ ਨਹੀਂ ਆਉਣਾ। ਆਉਂਦਾ ਪਿਆ ਆਉਂਦਾ ਪਿਆ ਤੁਹਾਡੇ ਵੱਲ ਹੀ ਆਉਂਦਾ ਪਿਆ, ਮਾਰਕਾ ਮਾਰੀ ਖੜੇ ਸੁਬਹਾ ਸੁਬਹਾ। ਇਹ ਐਨ ਬਾਈ ਡੇਢ ਡੇਢ ਕਿੱਲੇ ਦੇ ਪਲਾਟ ਬਣੇ, ਠੀਕ ਹੈ। ਆਹ ਵੀ ਡੇਢ ਕਿੱਲੇ ਦਾ, ਪਹਿਲਾਂ ਵੀ ਡੇਢ ਕਿੱਲੇ ਦਾ, ਇਹਦਾ ਵੀ ਜਿਹੜਾ ਡੇਢ ਕਿੱਲੇ ਦਾ ਕਿੱਲੇ ਨੂੰ ਨਹੀਂ ਬਾਬਾ ਬਾਬਾ ਤੇਰਾ ਸਿਆਣਾ ਮੇਰਾ ਬੰਦਾ, ਬਾਬੇ ਤੂੰ ਮਸ਼ਵਰਾ ਲੈ ਲੈ, ਤੂੰ ਆਪ ਲੱਗਿਆ ਰਹਿੰਦਾ ਯਾਰ। ਬਾਬੇ ਕੋਲ ਮਸ਼ਵਰਾ ਲਿਆ ਯਾਰ, ਬਾਬਾ ਮਸ਼ਵਰਾ ਤਾਂ ਨਹੀਂ ਲੈਂਦਾ, ਬਾਬਾ ਮਸ਼ਵਰਾ ਦਿੰਦਾ ਵੀ ਨਹੀਂ ਤੇ ਨਾ ਲੈਂਦਾ ਆਪਣੇ ਤੋਂ। ਇਹ ਯਾਰ ਪਾਤੀ ਭਾਈ ਮਰਜੀ ਭਾਈ ਵਾਲੀ ਕਿੱਲੇ ਨੂੰ ਫੇਰ ਬੋਰੀ ਪਾਤੀ, ਹੁਣ ਸਾਡੀ ਬੋਰੀ ਕੱਢ ਨਹੀਂ ਆ ਲਈ ਇੱਧਰ ਐਸਾ ਤੇ ਦਰਾਣੇ ਆ ਸਾਰ ਆ ਸਰ ਸਬਜ਼ ਕਿਨ ਪਾਉਣੀ ਇਹ ਪਾਣੀ ਹੈ ਜੀ, ਉਹ ਜਿਹੜੇ 2 ਕਿੱਲੇ ਨਹੀਂ ਆਪਣੇ ਵੱਡੇ ਆਹੋ ਉਹਨਾਂ ਨੂੰ ਪਾਣੀ ਠੰਡਾ ਕਰਨਾ ਉਹਨੂੰ ਤੇ ਬਾਬੇ ਨੇ ਕਿਹਾ ਉਹਨਾਂ ਠੰਡਾ ਜੀ ਕਰੇ, ਪਰ ਬਾਬੇ ਨੂੰ ਗਰਮੀ ਅੱਗੇ ਲੱਗੀ ਖੜੀ ਜਾਂਦਾ ਪਾਲਾ 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 ਬਾਬੇ ਦਾ ਟਾਈਮ ਆਰਾਮ ਕਰਨ ਦਾ ਸਾਰੀ ਪਾਣੀ ਜੇ ਕੇ ਕਰ ਠੀਕ ਹੈ। ਅਸੀਂ ਸਾਰੀ ਪਾਣੀ ਆ ਤੂੰ ਸਾਡੀ ਖਾਦ ਥੋੜੀ ਪਈ ਅਸੀਂ ਹੋਰ ਲਿਆਂਗੇ ਸਰ ਜਾਵਣੀ ਕੀ ਕਿਥੇ ਲਾ ਮਨਵਾ ਆ ਯਾਰ ਕੁਝ ਨਹੀਂ ਮਨ ਨੂੰ ਵੀ ਨਾਲ ਲੈ ਚਲਾ ਕੇ ਜੋੜੀ ਮਨ ਹੁੰਦੇ ਉਹ ਦੋ ਫਟ ਦੇ ਤੇ ਜਿਹੜੀ ਬੱਚੇ ਇੱਧਰ ਲਾਇਆ ਮੈਂ ਮੋੜ ਐ ਕਰ ਮੋੜ ਉਹ ਯਾਰ ਬੋਰੀ ਕੱਢਦੀ ਪਈ ਹੈ ਮਨ ਨੂੰ ਜਾ ਯਾਰ ਬਾਲ ਸਕੇ ਜੋੜੀ ਮੈਂ ਨਾ ਸੱਟਾ ਮਨ ਨੂੰ ਨਹੀਂ ਸਟਾਓ ਯਾਰ ਖਰਾਬ ਪਵੇ ਤਾਂ ਦੱਸੇ ਜੇ ਸਹੀ ਪਵੇ ਫਿਰ ਵੀ ਦੱਸੇ ਸਹੀ ਪੈਸੇ ਤੈਨੂੰ ਬੜਾ ਵਾਲਾ ਆਉਂਦਾ ਆ ਜਾ ਗਿਆ
ਆ ਬਿਜ਼ਨਸ ਬੜਾ ਹੀ ਢਾਈਆਂ ਨੂੰ ਖਾਦ ਪਾਉਣ ਵਾਲਾ, ਲੋਕੀ ਇਲਾ ਬੰਦੇ ਮਗਰ ਮਗਰ ਆਉਂਦੇ ਨੇ, ਬੜਾ ਬਿਜ਼ਨਸ ਹੈ। ਇਹ ਬੜੀ ਸ਼ੈ ਪੱਥਰ ਜੀ, ਇਹਨੇ ਦਾਈਆਂ ਨੂੰ ਕੱਚੀਆਂ ਰੱਖਣਾ ਅਤੇ ਦਾਈ ਬੂਟਾ ਮਾਰਨ। ਅੱਛਾ ਇੱਥੇ ਖਲੋਤਾ ਰੱਖ, ਖਲੋਤਾ ਉਵੇਂ ਜੋੜੀ ਪਾ ਦੇ ਅੱਧੇ ਵੇ। ਲਓ ਜੀ ਆਹ ਨਵਾਂ ਸ਼ਗਿਰਦ ਹੋਊ ਬਾਬੇ ਦਾ, ਅਤੇ ਬਾਬਾ ਆਉਂਦਾ ਬਾਈ ਪਹਿਲਾਂ ਅੱਧਾ ਕਿਲੋ ਮਠਿਆਈ ਲੈ ਆਵੇ। ਆ ਜਾ ਤੂੰ ਵੀ ਸ਼ਗਿਰਦ ਹੋ ਜਾ ਬਾਬੇ ਦਾ, ਬਾਬਾ ਇਹਨੂੰ ਕਿ ਅੱਧਾ ਕਿਲੋ ਮਠਿਆਈ ਲੈ ਆਵੇ, ਤੈਨੂੰ ਸ਼ਗਿਰਦ ਕਰਨੇ ਹੈ ਬਾਬਾ। ਮੈਨੂੰ ਬੜਾ ਬੈਡ ਉਹਨਾਂ ਦਾ ਵਲ 'ਚ ਖਾ ਦਿੱਤਾ ਉਹਨਾਂ ਦਾ ਬੰਦਾ, ਖਾਦ ਪਾਉਣ ਬੜਾ ਟੰਕੇ ਦੀ ਚੋੜ ਦਾ ਕੰਮ ਹੈ ਬਾਬਾ, ਛੇਤੀ ਨਹੀਂ ਆਉਂਦਾ। ਬਾਬੇ ਨੂੰ ਪਤਾ ਕਿਵੇਂ ਰੋਡ ਰੋਡ 'ਤੇ ਵਲ ਸਿੱਖਿਆ। ਕਾਲੀ ਚਿੱਟੀ ਰਲ ਗਈ ਹੈ, ਬਾਬਾ ਨਾ ਹੁੰਦਾ ਜੀ ਕਿਨ ਕਰ ਤੇਰੇ ਖਾਦ ਪੈਣੀ ਨਹੀਂ ਸੀ। ਅਜੇ ਹੋਰ ਹੀ ਖਾਦ ਮਿਕਸ ਦੇਸੀ ਤਰੀਕੇ ਨਾਲ ਹੈ, ਇਹ ਯੂਰੀਆ ਖਾਦ ਹੈ, ਇਹ 5 ਮਿੰਟਾਂ ਦੇ ਵਿੱਚ ਪਾਣੀ ਬਣ ਜਾਂਦੀ ਹੈ। ਹਾਲੀ ਨਹੀਂ ਸਹੀ ਹਾਲ ਹੋਈ, ਹਾਲੀ ਨਹੀਂ ਸਹੀ ਹਾਲ ਹੋਈ ਆਬਦ ਲਾ ਭਾਈ ਜਾਨ ਲਾ ਲਾ।